ਵਿਖਾ ਦਿਓ ਜੀ। ਚਲੋ ਜੀ ਪਿਛਾੜੀ ਚੋਵੋ ਹੁਣ। ਗਾੜੀ ਦਾ ਦੁੱਧ ਵਿਖਾਇਆ ਚਲੋ ਜੀ, ਬਾਕੀ ਤਾਂ ਕੱਟੇ ਨੂੰ ਛੱਡ ਦਿਓ ਸਰਕਾਰ। ਇਹ ਟਰੈਕਟਰਾਂ ਵਾਲਿਆਂ ਨੂੰ ਆਪ ਤਾਂ ਸਮਝ ਨਹੀਂ ਆਉਂਦੀ ਗਾਣਿਆਂ ਦੀ, ਇਹਨਾਂ ਨੇ ਲੋਕਾਂ ਨੂੰ ਤੰਗ ਕਰਨਾ ਹੁੰਦਾ, ਜਿਹਦੀ ਵਜ੍ਹਾ ਨਾਲ ਜਨਾਬ ਇਹ ਵੀਡੀਓ ਮੇਰੀ ਬੰਦ ਹੋ ਗਈ ਸੀ। ਉਹਨਾਂ ਦਾ ਗਾਣਾ ਚੱਲਦਾ ਹੁੰਦਾ ਸੀ ਅਤੇ ਗਾਣਾ ਵਿੱਚ ਰਿਕਾਰਡ ਹੋ ਰਿਹਾ ਸੀ। ਇਹਨੇ ਸ਼ਾਮੀ 6 ਕਿਲੋ ਆਪਾਂ ਜਦੋਂ ਮਿਣਿਆ, ਅਤੇ ਇਹ ਗੱਡਵੀ ਇਹਨਾਂ ਦੀ 6 ਕਿਲੋ ਦੀ ਜੀ, 8 ਕਿਲੋ ਦੀ। ਚਲੋ ਮਿਲਣ ਲੈਂਦੇ ਆਪਾਂ। ਯਾਰ ਕਿਲੋ ਇਹ ਗੜਵੀ ਲੈ ਆਵੇ ਕੱਲੀ, ਕਿਲੋ ਇਹ ਗੜਵੀ ਕੱਲੀ ਲੈ ਆ। ਜੱਗ ਬੜੀ ਆ ਭਾਈ, ਨਸੀਬ ਨੇ ਚੱਕ ਦਾ ਬੰਦਾ ਸਾਰੀ ਮਾਰੇ।
ਬਾਬਾ ਜੀ ਬੇਈਮਾਨੀ ਆਪਾਂ ਨਾ ਖਾਲ ਨੇੜੇ ਕਦੇ ਨੀ ਗਏ ਇਹ ਤੇ ਖਾਲ ਗੱਤੇ ਨਾ ਤੇ ਰੱਬ ਜਾਂ ਮੇਰੀ ਮੈਂ ਵੀ ਸਿਰ ਦੋ ਨਦੀਆਂ ਮੈਨੂੰ ਤਾਂ ਆਖੀ ਘਰ ਦੇ ਮੈਨੂੰ ਸੂਹੇ ਪੀਤੇ ਉਹਨੂੰ ਇਹ ਤਾਂ ਪਹਿਲਾਂ ਜੋਟੀਆਂ ਦੀ ਮਾਂ ਬੜੇ ਦੁੱਧ ਦਿੱਤੇ ਨਾ ਬਸ ਸਾਢੇ ਸੱਤ ਕਿਲੋ ਉਧਰ ਸੁਬਹ ਚ ਬੀਜੀ ਵੀ ਤਾਂ ਫਿਰ ਰਾਤਾਂ ਲੰਮੀਆਂ ਨੇ ਤੇ ਯਾਨੀ ਕਿ 12 ਲੀਟਰ ਦੁੱਧ ਪੱਕਾ ਹੈ ਮੈਂ ਹੇਠ ਤੇ ਛਿਲੇ ਤੋਂ ਬਾਹਰ ਗਈ ਦੁੱਧ ਤੂੰ ਕਹਿ ਰਿਹਾ ਸੀ ਵੀ ਇਹ ਕਰ ਜਾਏਗੀ ਇਨਸ਼ਾਅੱਲਾ ਤਾਲਾ ਭਲਾ ਕਿੰਨਾ ਕਿਲੋ ਚੋਇਆ ਮਿਣਿਆ ਸੀ ਅਸੀਂ ਹੁਣ ਜਨਾਬ ਇਹਨੇ ਦਿੱਤਾ 7.5 ਗੜਵੀਆਂ ਦੁੱਧ ਕਿਉਂਕਿ ਹੁਣ ਜਨਾਬ ਰਾਤ ਲੰਮੀ ਹੁੰਦੀ ਹੈ ਤੇ ਉਹਦੀ ਤੇ ਦੋਸਤੋ ਉਮੀਦ ਕਰਾਂਗਾ ਜਨਾਬ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਅਗਲੀ ਜਨਾਬ ਵੇਖਣ ਵਾਸਤੇ ਚੈਨਲ ਨੂੰ ਜਨਾਬ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਤੇ ਵੀ ਬਟਨ ਤੇ ਮਾਰਨਾ ਹੱਥ ਤਾਂ ਕਿ ਜਨਾਬ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਤੇ ਤੁਸੀਂ ਉਹ ਵੀਡੀਓ ਵੇਖ ਸਕੋ ਤੇ ਮਿਲਾਂਗੇ ਜਨਾਬ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ